ਜੀ, ਅਸੀਂ ਪਿਛਲੇ 3-4 ਦਿਨਾਂ ਤੋਂ ਦੇਖਿਆ ਸੀਗਾ ਕਿ ਫਿਰ ਟੈਂਪਰੇਚਰ ਦੇ ਵਿੱਚ ਰਾਈਜ਼ ਓਬਜ਼ਰਵ ਕੀਤੀ ਗਈ ਸੀ ਔਰ ਡੇ ਟਾਈਮ ਟੈਂਪਰੇਚਰ 40°C ਤੋਂ ਉੱਪਰ ਚੱਲ ਰਿਹਾ ਸੀ। ਇਸੀ ਤਰ੍ਹਾਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ ਵੀ 41°C ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 37°C ਸੀ। ਸੋ ਲਗਭਗ 4°C ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 32.4°C ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 26.5°C ਹੈ। ਸੋ ਇਹ ਲਗਭਗ 5.9°C ਨੋਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਹ 32.4°C ਜੋ ਅਸੀਂ ਅੱਜ ਨਾਈਟ ਟਾਈਮ ਟੈਂਪਰੇਚਰ ਓਬਜ਼ਰਵ ਕੀਤਾ, ਇਹ 26 ਜੂਨ ਵਾਸਤੇ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1999 ਦੇ ਵਿੱਚ ਔਰ 2017 ਦੇ ਵਿੱਚ 30.6°C ਜੋ ਹਾਈਐਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ। ਹਾਂਜੀ, ਅਸੀਂ ਹੁਣ ਵੀ ਦੇਖ ਰਹੇ ਹਾਂ ਕਿਉਂਕਿ ਜਿਹੜੀ ਹਿਊਮਿਡਿਟੀ ਹਵਾ ਦੇ ਵਿੱਚ ਵੱਧ ਚੁੱਕੀ ਹੈਗੀ ਹੈ ਕਿਉਂਕਿ ਸਾਊਥ ਈਸਟਰਲੀ ਵਿੰਡਸ ਇਸਟੈਬਲਿਸ਼ ਹੋ ਗਈਆਂ ਨੇ ਮੌਨਸੂਨ ਦੇ ਆਉਣ ਤੋਂ ਪਹਿਲਾਂ। ਸੋ ਉਹਦੇ ਕਰਕੇ ਹੌਟ ਐਂਡ ਹਿਊਮਿਡ ਕੰਡੀਸ਼ਨਸ ਜਿਹੜੀਆਂ ਬਣੀਆਂ ਹੋਈਆਂ ਨੇ ਔਰ ਇਹ ਕਾਫੀ ਅਨਕੰਫਰਟੇਬਲ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਸਾਰਿਆਂ ਨੂੰ ਕਰਦੀਆਂ ਨੇ। ਔਰ ਜੇ ਅਸੀਂ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸਪੈਸ਼ਲੀ 28 ਔਰ 29 ਤਰੀਕ ਨੂੰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ, ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਉਹਦੇ ਨਾਲ ਗਰਜ ਚਮਕ ਔਰ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਚੱਲ ਸਕਦੀਆਂ ਨੇ। ਬਿਲਕੁਲ ਜੀ, ਕਿਉਂਕਿ ਅੱਜ ਕੱਲ੍ਹ ਜਿਵੇਂ ਝੋਨੇ ਦੀ ਲਵਾਈ ਚੱਲ ਰਹੀ ਹੈ, ਪਾਣੀ ਦੀ ਬੜੀ ਲੋੜ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਪ੍ਰਿਡਿਕਸ਼ਨ ਹੈ ਔਰ ਇਹ ਕਿਉਂਕਿ ਪਾਣੀ ਦੀ ਸਾਨੂੰ ਜ਼ਰੂਰਤ ਹੈ, ਕਾਫੀ ਲਾਹੇਵੰਦ ਸਿੱਧ ਹੋਣ ਵਾਲੀ ਹੈ। ਬਟ ਇਹਦੇ ਨਾਲ ਨਾਲ ਕਿਸਾਨਾਂ ਨੂੰ ਥੋੜ੍ਹਾ ਧਿਆਨ ਵੀ ਰੱਖਣਾ ਪਊਗਾ ਕਿਉਂਕਿ ਹੋ ਸਕਦਾ ਕੁਛ ਕ੍ਰੋਪਸ ਦੀ ਹਾਰਵੈਸਟਿੰਗ ਵੀ ਉਹ ਕਰ ਰਹੇ ਹੋਣ, ਜਿਵੇਂ ਮੂੰਗੀ ਦੀ ਹਾਰਵੈਸਟਿੰਗ ਇਹਨਾਂ ਦਿਨਾਂ ਵਿੱਚ ਚੱਲ ਰਹੀ ਹੁੰਦੀ ਹੈ। ਸੋ ਉਸ ਤਰ੍ਹਾਂ ਦੀਆਂ ਕ੍ਰੋਪਸ ਬਾਰੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇ ਉਹ ਹਾਰਵੈਸਟਿੰਗ ਕਰ ਰਹੇ ਨੇ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਸਾਂਭ ਸੰਭਾਲ ਜ਼ਰੂਰ ਇਮੀਡੀਏਟਲੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਤੋਂ ਕੋਈ ਨੁਕਸਾਨ ਨਾ ਹੋ ਸਕੇ। ਸੈਕਿੰਡਲੀ, ਕੁਛ ਕ੍ਰੋਪਸ ਦੀ ਸੋਇੰਗ ਵੀ ਚੱਲ ਰਹੀ ਹੈਗੀ ਹੈ, ਜਿਵੇਂ ਮੱਕੀ ਵਗੈਰਾ ਦੀ ਸੋਇੰਗ ਚੱਲ ਰਹੀ ਹੈ। ਸੋ ਉਹਦਾ ਵੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਸੋਇੰਗ ਤੋਂ ਇਮੀਡੀਏਟਲੀ ਬਾਅਦ ਬਾਰਿਸ਼ ਹੋ ਜਾਵੇ ਫਿਰ ਵੀ ਉਹਦੀ ਜਰਮੀਨੇਸ਼ਨ 'ਚ ਪ੍ਰੋਬਲਮ ਆਉਂਦੀ ਹੈ। ਸੋ ਜਿਹੜੇ ਆਉਣ ਵਾਲੇ ਦਿਨਾਂ ਦੀਆਂ ਵੈਦਰ ਕੰਡੀਸ਼ਨਸ ਨੇ ਕਿ ਬਾਰਿਸ਼ ਹੋ ਸਕਦੀ ਆ ਔਰ 28-29 ਨੂੰ ਕਿਤੇ ਕਿਤੇ ਜ਼ਿਆਦਾ ਬਾਰਿਸ਼ ਵੀ ਹੋ ਸਕਦੀ ਹੈ। ਸੋ ਉਹਨਾਂ ਨੂੰ ਜਿਹੜੇ ਆਪਣੇ ਖੇਤੀ ਧੰਦਿਆਂ ਦੀ ਵਿਉਂਤਬੰਦੀ ਹੈ ਇਹ ਬੜੀਆਂ ਕੰਡੀਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ। ਜੀ, ਮੌਨਸੂਨ ਦਾ ਜਿਹੜਾ ਔਨਸੈਟ ਦਾ ਪੰਜਾਬ ਦੇ ਵਿੱਚ ਨੋਰਮਲ ਟਾਈਮ ਹੈਗਾ 1 ਜੁਲਾਈ ਹੈ। ਸੋ ਇਸ ਵਾਰੀ ਵੀ ਇਹੀ ਐਕਸਪੈਕਟ ਕੀਤਾ ਜਾ ਰਿਹਾ ਕਿ ਇੱਕ ਨੀਅਰ ਨੋਰਮਲ ਟਾਈਮ 'ਤੇ ਮੌਨਸੂਨ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ। ਬਿਲਕੁਲ ਜੀ, ਜੋ ਅੱਜ ਦਾ ਅਸੀਂ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ 32.4°C, ਇਹ ਸਾਡੇ ਕੋਲ 1970 ਤੋਂ ਜਦੋਂ ਤੱਕ ਅਸੀਂ ਡੇਟਾ ਰਿਕਾਰਡ ਕਰ ਰਹੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਦਾ 26 ਜੂਨ ਦਾ ਇਹ ਜਿਹੜਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ 32.4°C ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1999 ਵਿੱਚ ਔਰ 2017 ਦੇ ਵਿੱਚ ਹਾਈਐਸਟ ਟੈਂਪਰੇਚਰ 30.6°C 26 ਜੂਨ ਦਾ ਸੀਗਾ, ਬਟ ਅੱਜ ਇਹ ਰਿਕਾਰਡ ਹਾਈਐਸਟ 32.4°C ਰਿਕਾਰਡ ਕੀਤਾ ਗਿਆ।